ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ। ਬੋਪਾ ਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਆ। ਆਹ ਮਸ਼ੀਨ ਖਰਾਬ ਹੋ ਗਈ, ਕੱਲ੍ਹ ਦੀ ਧਾਗਾ ਤੋੜ ਰਹੀ ਹੈ ਲਗਾਤਾਰ। ਅੱਜ ਬੀਬੀ ਇਹਦੀ ਸਵੇਰ ਦੀ ਮਕੈਨਿਕ ਕਰਨ ਲੱਗੀ ਹੋਈ ਆ, ਸਮਾਰ ਰਹੀ ਆ, ਦੇਖ ਰਹੀ ਆ ਵੀ ਕੀ ਚੱਕਰ ਪੈ ਗਿਆ। ਹੁਣ ਪਹਿਲਾਂ 16 ਨੰਬਰ ਦੀ ਸੂਈ ਚੜ੍ਹੀ ਵੀ ਤੀ, ਹੁਣ 18 ਨੰਬਰ ਦੀ ਚੜ੍ਹਾ ਕੇ ਦੇਖੀ ਆ ਵੀ ਕੀ ਪਤਾ ਕਈ ਵਾਰ ਸੂਈ ਨਾ ਗਲਤ ਸਾਤੋਂ ਚੜ੍ਹ ਗਈ ਹੋਵੇ। ਹੁਣ ਦੇਖਦੇ ਹਾਂ ਵੀ ਸਿਮਰਦੀ ਹੈ ਕਿ ਨਹੀਂ। ਸਾਨੂੰ ਮਸ਼ੀਨਾਂ ਦੇਖਣੀਆਂ ਨਹੀਂ ਆਉਂਦੀਆਂ, ਪਰ ਬੀਬੀ ਤਾਂ ਦੇਖ ਲੈਂਦੀ ਹੈ, ਸੀਟਰ ਖੋਲ੍ਹ ਲੈਂਦੀ ਆ। ਸਾਨੂੰ ਪਤਾ ਨਹੀਂ ਕਿਵੇਂ ਖੋਲੀਦਾ ਹੁੰਦਾ ਹੈ, ਪਤਾ ਨਹੀਂ ਹੁਣ ਕੀ ਕਰ ਰਹੀ ਬੀਬੀ, ਕੀ ਕਰ ਰਹੀ ਆ? ਡੱਬੀ ਖੋਲ ਰਹੀ ਆ। ਹੈ ਡੱਬੀ? ਡੱਬੀ ਅੱਛਾ, ਡੱਬੀ ਨੂੰ ਧਾਗਾ ਕਸਮਾ ਰਿਹਾ। ਉਹ ਦੂਆ ਪੇਚ ਕਸ ਨਹੀਂ ਹੈਗਾ, ਫੀਚੀ ਵਾਲਾ ਪਰ ਦੇਖ ਕੇ ਆਈ ਉਹਦੇ ਵਿੱਚ ਕਿਹਦੇ ਚ ਵਾਲਾ ਹੈਗਾ, ਉਹ ਡੱਬੀ ਚ ਜਿਹੜੀ ਆ ਨੀਲੇ ਜੇ ਢੱਕਣ ਵਾਲੀ ਆ, ਇੰਨਾ ਕੋ ਪੇਚ ਕਸ ਹੁੰਦਾ। ਉਹ ਕਿੱਥੇ ਪਈ ਆ? ਆ ਉਹਦੇ ਵਿੱਚ ਹੀ ਆ ਮਸ਼ੀਨ ਦੇ। ਅੱਛਾ, ਦੂਜੀ ਮਸ਼ੀਨ 'ਚ ਦੇਖਦੀ ਆ, ਕਿਉਂਕਿ ਕਈ ਵਾਰ ਪੇਚ ਜੇ ਵੀ ਨਹੀਂ ਠੀਕ ਲੱਗਦੇ। ਇਹਦੇ 'ਚ ਦੇਖਦੇ ਹਾਂ ਵੀ ਪੇਚ ਹੈਗੇ ਆ। ਇਹਦੇ 'ਚ ਤਾਂ ਕੋਈ ਪੇਚ ਨਹੀਂ ਹੈ ਬੀਬੀ, ਇਹਦੇ 'ਚ ਤਾਂ ਕੋਈ ਪੇਚ ਨਹੀਂ ਹੈ ਨਾ, ਅਜੇ ਤਾਂ ਬਟਨ ਬਟਨ ਹੈ ਬਸ। ਫੀਚੀ ਦੋ ਪਈਆਂ ਨੇ, ਐਂ ਪਤਾ ਲੱਗ ਰਿਹਾ ਕਿਹੜੀ ਫੀਚੀ ਹੈ, ਰੀਡ ਹੈ ਇਹਦੀ। ਐਂ ਨਾ ਬਦਲਿਆ ਕਰੋ ਫੀਚੀਆਂ, ਆਹ ਦੋ ਪਈਆਂ ਨੇ ਵਿੱਚ। ਹੁਣ ਦੋ ਆਹ ਮਸ਼ੀਨ ਦੀਆਂ ਦੋ ਇਹ ਨੇ, ਫਿਰ ਜਿਹੜੀ ਉਹ ਵਾਲੀ ਆ ਤਾਂ ਉਸੇ ਮਸ਼ੀਨ ਦੀ ਆ, ਫਿਰ ਕੀ ਲਾਈ ਵੀ ਹੈ ਜਿਹੜੀ। ਇੱਕ ਵਾਰੀ ਪਾ ਕੇ ਦੇਖਣੀ ਆ ਤਾਂ, ਹੁਣ ਕਿਆ ਪਤਾ ਨਿਕਲੇ ਜਾਵੇ ਧਾਗਾ। ਚੜਦਾ ਨੀ? ਚੜ ਗਿਆ। ਦੇਖਦੇ ਆ ਵੀ ਚੱਲੂਗੀ ਕਿ ਨਹੀਂ। ਹਾਂ ਹੁਣ ਠੀਕ ਆ, ਸੂਈ ਦਾ ਹੀ ਚੱਕਰ ਤਾ ਸਾਰਾ। ਪਹਿਲਾਂ ਸੂਈ 16 ਨੰਬਰ ਦੀ ਪਾਈ ਵੀ ਤੀ, ਹੁਣ 18 ਦੀ ਪਾਈ ਆ। ਹੁਣ ਦੇਖੋ ਬਿਲਕੁਲ ਸੀਣ ਵਧੀਆ ਮਾਰਤੀ, ਆ ਦੇਖੋ ਹੁਣ ਠੀਕ ਹੈ, ਹੈ ਨਾ। ਹੁਣ ਬੀਬੀ ਸਾਰੀ ਮਸ਼ੀਨ ਠੀਕ ਕਰਕੇ ਹੀ ਹਟੂਗੀ, ਜੋ ਮਰਜ਼ੀ ਹੋ ਜਾਵੇ। ਓਹੋ ਬੋਧੀ ਹੋ ਗਈ, ਚੱਲ ਆ ਤਾਂ ਕੱਲ ਉਹ ਕਰ ਲਾਂਗੇ, ਨਹੀਂ ਦੂਜੀ ਉਹ ਜਦ ਲੀਰਾਂ ਕੱਟੂਗੀਆਂ ਚੋ ਕੋਈ ਪਾ ਦਿਓ, ਆ ਤਾਂ ਬੋਧੀ ਹੋ ਗਈ। ਸੂਟ ਚ ਜਿਹੜੀ ਸੂਟ ਚੋ ਕੱਟੂਗੀ ਉਹ ਪਾ ਦਾਂਗੇ। ਅੱਜ ਬੀਬੀ ਨੇ ਮਸ਼ੀਨ ਸਮਾਰੇ ਦੇਈ, ਨਾਲੇ ਸਾਫ਼ ਹੋ ਗਈ ਬਹਾਨੇ ਸਿਰ, ਕਿਉਂਕਿ ਸਾਨੂੰ ਤਾਂ ਖੋਲ੍ਹਣੀ ਨਹੀਂ ਆਉਂਦੀ। ਹੁਣ ਸਾਫ਼ ਵੀ ਹੋ ਗਈ, ਨਹੀਂ ਤਾਂ ਜੇ ਵਿੱਚ ਗਰਦਾ ਫਸ ਜੇ ਤਾਂ ਭਾਰੀ ਹੋ ਜਾਂਦੀ ਆ ਮਸ਼ੀਨ। ਕਿਵੇਂ ਬਿਟਰ ਬਿਟਰ ਝਾਕਦਾ ਦੇਖੀ, ਕਿਵੇਂ ਨਿਗਾ ਲਾਈ ਪਈ ਹੈ। ਹੁਣ ਤਾਂ ਉਹਦੇ ਉਹਦੇ ਹੋ ਗਿਆ, ਉਹਦੇ ਕਲਾ ਗਿਆ ਗਲੋਟਣੀ, ਹੁਣ ਇਹ ਪਿੱਛੇ ਨੂੰ ਜਾਊ, ਇਹ ਉਹ ਗਿਰ ਗਿਆ, ਇਹ ਉਹ ਹੋ ਗਿਆ ਖੜਾ। ਚੱਲ ਬੀਬੀ ਪਿੱਛੇ ਨੂੰ ਮਾੜਾ ਜਿਹਾ, ਹੁਣ ਘਿਸਰੂਗਾ ਇਹ ਪਿੱਛੇ ਨੂੰ। ਚੱਲ 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 ਚੱਲ, ਅਰੇ ਰੁੜਦਾ ਨੀ, ਪਿੱਛੇ ਨੂੰ ਜਾਂਦਾ, ਉਹ ਜਾ ਰਿਹਾ ਉਹ ਜਾ ਰਿਹਾ, ਰੁੜਦਾ ਤਾਂ ਹੈ ਨੀ। ਪਿੱਛੇ ਨੂੰ ਜਾ ਰਿਹਾ ਕੱਦੂ ਚਾਦੀ।
ਉਹਦੇ ਪਿੱਛੇ ਨੂੰ ਜਾ ਰਿਹਾ ਪਿੱਛੇ ਗਿਆ 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 ਜਾਓ 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 ਪਿੱਛੇ ਪਿੱਛੇ ਟੋਬਾ ਹੈ ਤੈਰੋ ਉਹਦੇ ਚ ਟੋਬੇ ਚ ਤੈਰੋ ਤੈਰੋ ਟੋਬੇ ਚ ਗੁੱਸਾ ਗੁੱਸਾ ਇੰਨਾ ਗੁੱਸਾ ਗੁੱਸਾ ਬਹੁਤ ਚੜਾ ਰਿਹਾ ਖਿਜੀ ਚੜ ਰਹੀ ਹੈ ਵੀ ਮੈਂ ਉੱਠ ਕਿਉਂ ਨਹੀਂ ਰਿਹਾ ਉੱਠਿਆ ਜਾ ਨਹੀਂ ਰਿਹਾ ਇਹ ਤੋਂ ਦੁਪਹਿਰ ਦੇ 3:30 ਹੋ ਗਏ ਯੂਬੀਟ ਦਾ ਟਿਊਸ਼ਨ ਵੱਗ ਗਿਆ ਸਕੂਲ 'ਤੇ ਆ ਕੇ ਟਿਊਸ਼ਨ ਚਲੇ ਗਿਆ ਮੈਂ ਲੱਗੀ ਹਾਂ ਹੁਣ ਘੀਆ ਦੇ ਅੱਜ ਬਣਾਉਣੀ ਹੈ ਘੀਆ ਦੇ ਕੋਫਤਿਆਂ ਦੀ ਸਬਜ਼ੀ ਬਸ ਆਲੂ ਤਾਂ ਉੱਬਲਣੇ ਧਰਿਆ ਹੀ ਹੁਣ ਘੀਆ ਕੱਦੂਕਸ ਕਰੂੰਗੀ ਫਿਰ ਇਹਦੇ ਕੋਫਤੇ ਬਣਾਉਂਗੀ ਇੱਕ ਦੇ ਇੱਕ ਦੋ ਦਿਨ ਤੇ ਇਸ ਟਾਈਮ ਤਾਂ ਹੁਣ ਹਵਾ ਥੋੜ੍ਹੀ ਚੱਲਦੀ ਤਾਂ ਹਵਾ ਸੋਹਣੀ ਹੈ ਪਰ ਗਰਮ ਹਵਾ ਲੱਗਦੀ ਹੈ ਧੁੱਪ ਕਰਕੇ ਗਰਮੀ ਜਿਹੀ ਕਰਕੇ ਹਵਾ ਤਾਂ ਰੋਜ਼ ਇਸ ਟਾਈਮ ਚੱਲਦੀ ਹੈ ਸ਼ਾਮ ਨੂੰ ਹਰ ਸਵੇਰ ਨੂੰ ਤਾਂ ਠੰਡੀ ਹਵਾ ਹੁੰਦੀ ਹੈ ਪਰ ਹਵਾ ਤਾਂ ਚੱਲ ਰਹੀ ਹੈ ਪਰ ਜਿਉਂ ਜਿਉਂ ਸ਼ਾਮ ਹੋਈ ਜਾਂਦੀ ਹੈ ਉਵੇਂ ਉਵੇਂ ਹਵਾ ਵੀ ਠੰਡੀ ਹੋਈ ਜਾਂਦੀ ਹੈ ਹੁਣ ਮੈਂ ਘੀਆ ਕੱਦੂਕਸ ਕਰਨ ਲੱਗੀ ਹਾਂ ਫਿਰ ਕੋਫਤੇ ਬਣਾਉਂਗੀ ਫਿਰ ਬਾਅਦ 'ਚ ਨਾਲ ਦੀ ਨਾਲ ਤੜਕਾ ਲਾ ਦੂੰਗੀ ਹੁਣ ਮੈਂ ਬਣਾ ਰਹੀ ਹਾਂ ਘੀਆ ਦੇ ਕੋਫਤੇ ਘੀਆ ਕੱਦੂਕਸ ਕਰਕੇ ਮਸਾਲਾ ਮਸੂਲਾ ਸਾਰਾ ਮਿਲਾ ਲਿਆ ਸੀ ਤੇਲ ਹੁਣ ਬਹੁਤ ਗਰਮ ਹੋ ਗਿਆ ਦੇਖੋ ਕਾਲਾ ਕਾਲਾ ਤੇਲ ਧੂੰਆਂ ਨਿਕਲ ਰਿਹਾ ਹੁਣ ਫਟਾਫਟ ਕੋਫਤੇ ਬਣਾਉਂਗੀ ਕਿਉਂਕਿ ਤੇਲ ਗਰਮ ਪਿਆ ਬਸ ਫਟਾਫਟ ਪੱਕ ਰਹੇ ਨੇ ਨਾਲ ਦੀ ਨਾਲ ਜੇ ਘੀਆ ਦੇ ਪਕੌੜੇ ਬਣਾ ਕੇ ਖਾਓ ਵੀ ਵਧੀਆ ਲੱਗਦੇ ਨੇ ਸਬਜ਼ੀ 'ਚ ਹੈ ਨਾ ਵਧੀਆ ਲੱਗਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕਿਉਂਕਿ ਮੈਂ ਹੁਣ ਵਲੌਗ 'ਚ ਦੂਜੀ ਵਾਰ ਤਾਂ ਬੁਲਾ ਰਹੀ ਹਾਂ ਕਿਉਂਕਿ ਹੁਣ ਸਵੇਰ ਦਾ ਟਾਈਮ ਹੈ ਅਗਲਾ ਦਿਨ ਹੋ ਗਿਆ ਕੱਲ੍ਹ ਦਾ ਵਲੌਗ ਅੱਧਾ ਛੱਡਤਾ ਸੀਗਾ ਸ਼ਾਮ ਵੇਲੇ ਤਾਂ ਕਰਕੇ ਹੁਣ ਅਗਲਾ ਦਿਨ ਹੋ ਗਿਆ ਜੈ ਜਨਮਾਸ਼ਟਮੀ ਦਾ ਦਿਨ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਜਨਮਾਸ਼ਟਮੀ ਅੱਜ ਜਨਮਾਸ਼ਟਮੀ ਹੈ ਅਤੇ ਹੁਣ ਬੀਬੀ ਨੇ ਕੋਈ ਫਿੰਡਾਂ ਫੁੰਡਾਂ ਪਤਾ ਨਹੀਂ ਕੀ ਕਹਿ ਰਹੀ ਸੀ ਫਿੰਡਾਂ ਬਣਾਉਣੀਆਂ ਨੇ ਦੇਖਦੇ ਹਾਂ ਹੁਣ ਬੀਬੀ ਕਿੱਦਾਂ ਬਣਾਉਂਦੀ ਹੈ ਮੈਂ ਵੀ ਦੇਖੂੰਗੀ ਹੁਣ ਉਹਦੇ ਲਈ ਕੋਈ ਕੱਪੜਾ ਲੱਭ ਰਹੀ ਹੈ ਕੋਈ ਹੁਣ ਕੱਲ੍ਹ ਨੂੰ ਨੌਮੀ ਅਤੇ ਨੌਮੀ ਦਾ ਮੱਥਾ ਟੇਕਣਾ ਹੈ ਉੱਥੇ ਚੜ੍ਹਾਉਣੀਆਂ ਨੇ ਬੀਬੀ ਦੱਸੂਗੀ ਵੀ ਉਹ ਫਿੰਡਾਂ ਕਿਉਂ ਬਣਾ ਰਹੀ ਹੈ ਕਿ ਮੈਂ ਵੀ ਪਹਿਲੀ ਵਾਰ ਦੇਖਣ ਲੱਗੀ ਹਾਂ ਮੈਨੂੰ ਪਹਿਲਾਂ ਪਤਾ ਨਹੀਂ ਇੱਕ ਵਾਰ ਪਹਿਲਾਂ ਵੀ ਬਣਾਈਆਂ ਹੋਣੀਆਂ ਜਦ ਮੈਨੂੰ ਪਤਾ ਨਹੀਂ ਪਰ ਹੁਣ ਦੱਸ ਰਹੀ ਸੀ ਮੈਂ ਫਿੰਡਾਂ ਬਣਾਉਣੀਆਂ ਹੈ ਨੀਰ ਮੰਗ ਰਹੀ ਸੀ ਤਾਂ ਮੈਨੂੰ ਪਤਾ ਲੱਗਿਆ ਚਲੋ ਮੈਂ ਤੁਹਾਨੂੰ ਦਿਖਾਉਂਦੀ ਹਾਂ ਮੈਂ ਪਹਿਲਾਂ ਲੀਰ ਲੱਭ ਰਹਾ ਮੈਨੂੰ ਲੀਰ ਨਹੀਂ ਮਿਲ ਰਹੀ ਕੋਈ ਕੱਪੜਾ ਲੀਰ ਤਾਂ ਮਿਲ ਗਿਆ ਆਏ ਹੁਣ ਦੇਖਦੇ ਹਾਂ ਬੀਬੀ ਫਿੰਡਾਂ ਬਣਾ ਰਹੀ ਹੈ ਕਿਹੋ ਜਿਹੀਆਂ ਫਿੰਡਾਂ ਹੁੰਦੀਆਂ ਨੇ ਕਿਹੜੀਆਂ ਹੁੰਦੀਆਂ ਨੇ ਉਹ ਦਾਣੇ ਡੁੱਲ ਰਹੇ ਆ ਛੋਟੀ ਉਹ ਸੂਈ ਜਾ ਨਰੋਈ ਜਾ ਹੈ ਇਹ ਵਾਰ ਜੀ ਨਰੋਈ ਜਾ ਸੂਈ ਛੋਟੀ ਉਹ ਹੁੰਦੀ ਜਾ ਐਡਾ ਪਾ ਦੋ ਨਾ ਬੜਾ ਫਰਕ ਪਾ ਦੇ ਵੱਡਾ ਬੀਬੀ ਨੇ 2 ਪੀਸ ਕੱਟ ਲਏ ਹੁਣ ਬੀਬੀ ਇਹਨਾਂ ਦੀਆਂ ਫਿੰਡਾਂ ਬਣਾਊਗੀ ਅੱਜ ਪਹਿਲੀ ਵਾਰ ਦੇਖਣ ਲੱਗੇ ਹਾਂ ਅਸੀਂ ਵੀ ਕਿਵੇਂ ਬਣਦੀਆਂ ਨੇ ਫਿੰਡਾਂ
ਪਿੰਡਾ ਕਾਦੀਆਂ ਨੇ ਪਿੰਡਾ ਕਾਦੇ ਕਤਰ ਬਣ ਇਹ ਉਹਦੇ ਪਰ ਬੁੱਗੇ ਬਣ ਕੇ ਆ ਅੱਛਾ ਅੱਛਾ ਨੌਮੀ ਤੇ ਬੰਨਣੀਆਂ ਨੇ ਬੀਬੀ ਨੇ ਪਿੰਡਾਂ ਤਾਂ ਬਣਾ ਰਹੀ ਹੈ ਕਿਉਂਕਿ ਬੀਬੀ ਕਹਿੰਦੀ ਮੈਂ ਸੁੱਖੀਆਂ ਹੋਈਆਂ ਤੀਆਂ ਜਦ ਯੂ ਵੀ ਹੋਇਆ ਤਾਂ ਜਦ ਵੀ ਚੜਾਈਆਂ ਤੀਆਂ ਨਾ ਜਦ ਨਹੀਂ ਪਤਾ ਲੱਗਿਆ ਬੀਬੀ ਕਹਿੰਦੀ ਮੈਂ ਜਦ ਇਕੱਲੀ ਨੇ ਜਦ ਬਣਾ ਲਈਆਂ ਤੀਆਂ ਜਦ ਦੇਖੀਆਂ ਨਹੀਂ ਬਣਾਈ ਦੀਆਂ ਨਾ ਬੀਬੀ ਉੱਥੇ ਬੰਨਦੀ ਦੇਖੀ ਹੁਣ ਐਤਕੀ ਤਾਂ ਪਤਾ ਲੱਗ ਗਿਆ ਕਿਉਂਕਿ ਐਤਕੀ ਬੀਬੀ ਕੱਪੜਾ ਮੰਗ ਰਹੀ ਤੀ ਤਾਂ ਪਤਾ ਲੱਗ ਗਿਆ ਵੀ ਬੀਬੀ ਕੱਪੜਾ ਕਹਿੰਦੇ ਲੱਭ ਰਹੀ ਹੈ ਚੱਲ ਕੱਪੜਾ ਵੀ ਯੂਵੀ ਨਾ ਉਹਦੇ ਅਬੂ ਦੇ ਪਸੰਦ ਦਾ ਹੀ ਮਿਲ ਗਿਆ ਉਹਨੂੰ ਆਹ ਕੱਪੜਾ ਪਸੰਦ ਤਾ ਤਿਤਲੀਆਂ ਇਹਨਾਂ ਦੇ ਨਾ ਤਿਤਲੀਆਂ ਛੱਪੀਆਂ ਵੇ ਅਬੂ ਇਹਨਾਂ ਨੂੰ ਐਵੇਂ ਐਵੇਂ ਫੜੀ ਜਾਂਦਾ ਤਾਂ ਐਵੇਂ ਐਵੇਂ ਵੀ ਮੈਂ ਤਿਤਲੀਆਂ ਫੜ ਰਿਹਾ ਲੈ ਉਹਨੂੰ ਫੜਾ ਦੇ ਹੁਣ ਖੇਡਣ ਲੱਗ ਜੂਗਾ ਇਹ ਬੋਲਣ ਨਾਲ ਬਣਾਤੀ ਹੁਣ ਬੀਬੀ ਦੂਜੀ ਪਿੰਡ ਲੱਗੀ ਆ ਬਣਾਉਣ ਜਦ ਆ ਕੱਪੜਾ ਨਵਾਂ ਤਾਂ ਦੇਖੀ ਕਿੰਨਾ ਸੋਹਣਾ ਤਾ ਹਨਾ ਤਿਤਲੀਆਂ ਜਿਹਾ ਵਾਲਾ ਗੂੜਾ ਰੰਗ ਧੋਏ ਤੇ ਬਾਅਦ ਕਿਹਾ ਜਿਹਾ ਬਣ ਗਿਆ ਚਾਸ ਉੱਤਰ ਗਈ ਹੈ ਚਾਸ ਉੱਤਰ ਗਈ ਇਹਦੀ ਫੇਰ ਬਸ ਦੋ ਪਿੰਡਾਂ ਬਣਦੇ ਹੁੰਦੇ ਨੇ ਹਾਂ ਦੋ ਹੀ ਬਣਦੇ ਬੋਲਾਂ ਬੀਬੀ ਨੇ ਬਣਾਤੀਆਂ ਹੁਣ ਬੀਬੀ ਇਹਨਾਂ ਨੂੰ ਖੰਮਣੀ ਬਣ ਰਹੀ ਹੈ ਖੰਮਣੀ ਨਾਲ ਜੋੜਨੀ ਇਹਨੇ ਅੱਛਾ ਬੀਬੀ ਗਰਮੀ ਗਰਮੀ ਹੋ ਗਈ ਦੇਖੋ ਗਰਮੀ ਨਾਲ ਭਿੱਜ ਗਈ ਬੀਬੀ ਨੂੰ ਗਰਮੀ ਵੀ ਬਹੁਤ ਆਉਂਦੀ ਹੈ ਪਰ ਇੱਥੇ ਅਸੀਂ ਚਾਨਣੇ 'ਚ ਬੈਠੇ ਸੀ ਬਾਹਰ ਤਾਂ ਗਰਮੀ ਹੈ ਬਾਹਰੇ ਗਰਮੀ ਹੈ ਹਵਾ ਵੀ ਨਹੀਂ ਚੱਲ ਰਹੀ ਅੱਜ ਤਾਂ ਜਿਵੇਂ ਦੇਖ ਲਓ ਬੀਬੀ ਹੈ ਬੀਬੀ ਤੁਹਾਡੇ ਵਰਗੇ ਨੂੰ ਪਿੰਡਾਂ ਪੁੰਡਾਂ ਦਾ ਪਤਾ ਹੁੰਦਾ ਬਾਅਦ 'ਚ ਕਿਹਨੂੰ ਪਤਾ ਹੋਣਾ ਕਿਹੜੀਆਂ ਪਿੰਡਾਂ ਕਿੱਦਾਂ ਕਿਸ ਤਰ੍ਹਾਂ ਬਣਦੀਆਂ ਨੇ ਪਿੰਡਾਂ ਕਿਹੜੀਆਂ ਪਿੰਡਾਂ ਇਹਨਾਂ ਨੂੰ ਪਹਿਲੀ ਵਾਰ ਸੁਣਿਆ ਫਿਰ ਇਹ ਕਹਿ ਗਏ ਕਿਹੜੀਆਂ ਪਿੰਡਾਂ ਇਹ ਪਿੰਡਾਂ ਹੁੰਦੀਆਂ ਨੇ ਦੂਜੀਆਂ ਹੁੰਦੀਆਂ ਨੇ ਪਿੰਡਾਂ ਤੁਸੀਂ ਸਿੱਖ ਨਹੀਂ ਗਿਆ ਹੁੰਦਾ ਨਹੀਂ ਪਈਆਂ ਸੁੱਕਦੇ ਆ ਜਦ ਜੇ ਸੁੱਕੇ ਨਾ ਫਿਰ ਨਹੀਂ ਬਣਦੇ ਸੁੱਕਦੇ ਆ ਬਸ ਸਾਡਾ ਸਵੇਰ ਦਾ ਕੰਮ ਤਾਂ ਨਿਬੜ ਗਿਆ ਸਾਰਾ ਹੁਣ ਨਹਾਉਣਾ ਧੋਣਾ ਹੀ ਰਹਿ ਗਿਆ ਬਸ ਹੁਣ ਨਹਾਵਾਂਗੇ ਯੂ ਵੀ ਟਿਊਸ਼ਨ ਵੱਗ ਗਿਆ ਕ੍ਰਿਸ਼ਨਾ ਦੀ ਫਿਲਮ ਦੇਖ ਰਿਹਾ ਤਾਂ ਅੱਜ ਤਾਂ ਕ੍ਰਿਸ਼ਨਾ ਦੀ ਫਿਲਮ 'ਚ ਰੁੱਝਿਆ ਪਿਆ ਤੀ ਤਾਂ ਹੀ ਤਾਂ ਨਾ ਰੋਟੀ ਟਾਈਮ ਪਰ ਖਾਈ ਨਾ ਟਾਈਮ ਪਰ ਨਹਾਇਆ ਲੇਟ ਹੋ ਗਿਆ ਅੱਜ ਜਨਮਾਸ਼ਟਮੀ ਦੀ ਛੁੱਟੀ ਤੀ ਤਾਂ ਕਰਕੇ 10 ਵਜੇ ਟਿਊਸ਼ਨ ਲੱਗ ਗਿਆ ਉਹਦਾ ਸੱਜਰੇ ਹੁਣ ਨਹਾ ਧੋ ਕੇ ਵੱਗ ਗਿਆ ਹੁਣ ਜਦ ਛੁੱਟੀ ਹੋ ਕੇ ਆਊਗਾ ਤਾਂ ਉਹਦੇ
कपड़े लैके आने हैं, वह बर्थडे आ रहा है, अज छुट्टी थी, पेपर च फिर जा नहीं होना क्योंकि पेपर भी आ गए, फिर उन बहाना मिलना चाहिए है बाहर जाने का, फिर पढ़ता नहीं है, सारा दिन फुट जाता बाहर ही, फिर अज छुट्टी थी, सोचा भी चल अज ही लेके आने हैं। रख दो हूँ लीर जी जड़ी बच गई, साड़िया फिंडा तो हो गई तैयार, हूँ कल इन्हों मेले तो उत्थे गुग्गा ते बन्नांगे। तो अज का साडा व्लॉग इत्थी तक सीगा, जे थोनू पसंद आया तो प्लीज़ लाइक जरूर कर दिओ, तो कमेंट करके जरूर दस्यो, तो प्लीज़ साडे सब चैनल नू सबसक्राइब जरूर कर दिया करो। तो हूँ मिलांगे थोनू असी अपने गुग्गा नौमी दे मेले वाले व्लॉग च, कोशिश करूँगी पूरी भी मैं बनावा, बाकी हूँ मैं थोनू मिलती हूँ अपने अगले ब्लॉग में।